ਜੇ ਤੂੰ ਇੰਡੀਆ ਤੋਂ ਨਹੀਂ ਆਈ ਸੀ ਮੈਂ ਸਾਨੂੰ ਤਾਂ ਪੁੱਛਿਆ ਮੈਂ ਤੂੰ ਮੈਂ ਤੇਰਾ ਉਰੇ ਜੀ ਨਹੀਂ ਲੱਗਦਾ ਹੁਣ ਉਰੇ ਆ ਕੇ ਕਹਿੰਦੀ ਨਾ ਵੀਰੇ ਕਮਰਾ ਖਾਣ ਨੂੰ ਆਉਂਦਾ ਕਹਿੰਦੀ ਉੱਥੇ ਨਜ਼ਾਰੇ ਸੀਗੇ ਇੰਡੀਆ 'ਚ ਇੰਡੀਆ ਗਈ ਸੀ ਜਦ ਤੋਂ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਜਿਹੜਾ ਇਨਸਾਨ ਆ ਨਾ ਇਹਦੀ ਭੁੱਖ ਨੀ ਮਿਟ ਸਕਦੀ ਠੀਕ ਆ ਪਹਿਲਾਂ ਆਪਾਂ ਗੰਦਾ ਕਰੀ ਜਾਂਦਾ ਵੀ ਮੈਨੂੰ ਰੱਬਾ ਬਾਹਰ ਦਾ ਵੀਜ਼ਾ ਲਵਾ ਦੇ ਬਾਹਰ ਪਹੁੰਚਾ ਦੇ ਬਾਹਰ ਪਹੁੰਚਾ ਦੇ ਹੁਣ ਬਾਹਰ ਬੈਠੇ ਹੋ ਹੁਣ ਤੁਸੀਂ ਕਰੀ ਜਾਂਦੇ ਇੰਡੀਆ ਲੈ ਜਾਓ ਇੰਡੀਆ ਲੈ ਜਾਓ ਕਹਿੰਦਾ ਰੰਗ ਨਿਕਲ ਦੇਣਾ ਚੋ ਬਾਕੀ ਪਹਿਲਾਂ ਵੀ ਕੋਈ ਕੱਪੜੇ ਖਰਾਬ ਹੋਇਆ ਤੇਰੇ ਹੋਏ ਜਿਹੜੀ ਉਹ ਡੱਬ ਖੜਬੀ ਕੀਤੀ ਹੈ ਲੋਅਰ ਕਿਹਨੇ ਜੂਸ ਪੀਣਾ ਨਾ ਜਸ਼ਨ ਜੂਸ ਬਣਾ ਯਾਰ ਦੇਖ ਲੈ ਤੈਨੂੰ ਸਾਰੇ ਬਣਾ ਕੇ ਪਿਆਉਣੇ ਹੁੰਦੇ ਹੁਣ ਤੇ ਤੇਰੀ ਵਾਰੀ ਆ ਸਾਰੇ ਕੀ ਹੋ ਗਿਆ ਮੈਂ ਵੀ ਬਣਾ ਕੇ ਪਿਆਉਣਾ ਜਸਕੀਰਤੀ ਵੀ ਬਣਾ ਕੇ ਪਿਆਉਂਦਾ ਹੈ ਨਹੀਂ ਦੇਖ ਲਾ ਮਰਜ਼ੀ ਆ ਲੈ ਲੈ ਗੱਲ ਵੀ ਨਹੀਂ ਸੁਣਦਾ ਜਸ਼ਨ ਚਾਟ ਪੰਡਾਰ ਇਕੱਲੇ ਕੇਲੇ ਨੀ ਖਾਣੇ ਉਸਤਾਦ ਹੋਰ ਵੀ ਖਾਣਾ ਕੁਛ ਸਿਰਾ ਲਾਉਂਦਾ ਬਾਬੇ ਮਾੜੀ ਨੀ ਤਾਲੀ ਫਾੜੀ ਦਿੱਤੀ ਆਪ ਲੈ ਕੇ ਬਹਿ ਗਿਆ ਮੰਮੀ ਨੂੰ ਨੀ ਦਿੱਤਾ ਅੱਜ ਕਿਹਾ ਵੀ ਜੂਸ ਬਣਾ ਦੇ ਦੇਖ ਲਾ ਜੂਸ ਨੀ ਬਣਾ ਦੱਸਾਂਗੇ ਤੈਨੂੰ ਕੋਲੇ ਖੜ ਕੇ ਅੱਡਾ ਪਖੰਡੀ ਆ ਓਏ ਅੱਡਾ ਪਖੰਡੀ ਬੰਦਾ ਮੈਂ ਕੋਲੇ ਖੜ ਕੇ ਕਢਾਉਂਗਾ ਜੂਸ ਕੋਈ ਕੰਮ ਨੀ ਕਰਕੇ ਰਾਜੀ ਇਹ ਤਾਂ ਢਿੱਡ ਦੁਖੂ ਤੇਰਾ ਹੈ ਕਿਉਂ ਨੀ ਇੰਨੇ ਤਾਂ ਹੈਗੇ ਨੇ ਮੈਂ ਤਾਂ ਖਾਧਾ ਹੀ ਨੀ ਦੋ ਫਾੜੀਆਂ ਖਾਧੀਆਂ ਮੈਨੂੰ ਕਿਹਾ ਖਾਣਾ ਇੱਕ ਵਾਰੀ ਹੱਥ ਚੱਕ ਲਈ ਕਿੱਡੇ ਬੋਗ ਦੇ ਚੜ ਲਈ ਇਹ ਤਾਂ ਐਂ ਲੱਗਦਾ ਜਿਵੇਂ ਮੇਰੀ ਬੀਬੀ ਦਾ ਸੂਟ ਪਾੜ ਕੇ ਬਣਾਈ ਹੁੰਦੀ ਆ ਉੱਚੀ ਆ ਓਏ ਉੱਚੀ ਆ ਕਹਿੰਦੀ ਜਸ਼ਨ ਹੀਰੋ ਨੀ ਵਿਲਨ ਬਣ ਜੂ ਦੁਪੱਟਾ ਆ
ਸਲਵਾਰ ਆ ਐਂਡ ਆਹ ਸ਼ਰਟ ਆ ਮਤਲਬ ਬੇਸਿਕ ਸਿੰਪਲ ਸੂਟ ਆ ਨਾਲ ਨੈਕ ਦਾ ਦੁਪੱਟਾ ਆ ਸੋ ਥੈਂਕ ਯੂ ਸੋ ਮੱਚ ਨਿੱਕੀਆਂ ਬੂਟੀਆਂ ਸਵੇਸ਼ਨ ਐਂਡ ਇਹਦਾ ਸ਼ੂਟ ਮੈਂ ਅੱਜ ਹੀ ਕਰ ਦਿੰਦੀ ਹਾਂ ਸੋ ਆਊਟਫਿਟ ਮੈਂ ਪਾ ਵੀ ਲਿਆ ਸ਼ੂਟ ਵੀ ਡਨ ਹੋ ਗਿਆ ਅਤੇ ਹੁਣ ਮੈਂ ਫਟਾਫਟ ਚੇਂਜ ਕਰੂੰ ਕਿਉਂਕਿ ਇੰਨੀ ਜ਼ਿਆਦਾ ਗਰਮੀ ਆ ਫੱਟੇ ਚੱਕ ਗਰਮੀ ਆ ਭਾਈ ਉਹਨਾਂ ਨੇ ਬੂਟ ਧੋਤੇ ਕੀੜੀਆਂ ਬਿੱਠਾਂ ਸਾਰਾ ਕੀਤਾ ਕਿਰਾਇਆ ਪਾਣੀ ਚ ਪੈ ਗਿਆ ਭਾਜੀ ਹੁਣ ਦੱਸੋ ਕੀ ਕਰੀਏ ਗੁੱਚੀ ਦੇ ਬੂਟ ਮੰਗ ਰਿਹਾ ਦੱਸਣ ਕਹਿੰਦਾ ਮੇਰਾ ਗੁੱਚੀ ਦੇ ਬੂਟ ਆਰਡਰ ਕਰ ਦਿਓ ਦੇ ਦਿਓ ਕਰਦੇ ਆ ਗਿਫਟ ਫਿਰ ਇਹ ਤੂੰ ਹੀ ਬਿੰਗਾ ਕੀਤਾ ਪਹਿਲਾਂ ਚੰਗਾ ਬੜਾ ਸਿੱਧਾ ਸੀ ਕਾਫੀ ਉਹ ਹੋ ਗਿਆ ਹਨਾ ਕਾਫੀ ਉਹ ਲਮਕੇਗਾ ਫਿਰ ਬਿੰਗਾ ਹੀ ਹੋਊ ਇਹਨੂੰ ਆਏ ਕਰਦੇ ਪੁੱਠਾ ਸਮਤਾ ਕਰ ਦਈਏ ਬੂਟ ਆਰਡਰ ਕਹਿੰਦਾ ਗੁੱਚੀ ਵਾਲੇ ਬੂਟ ਆਰਡਰ ਕਰ ਦਿਓ ਮੇਰੇ ਬਰਥਡੇ ਵਾਸਤੇ ਕੱਲੇ ਗੁੱਚੀ ਵਾਲੇ ਲੈਣੇ ਨੇ ਕਿ ਨਾਲ ਐਲਵੀ ਵਾਲੇ ਵੀ ਲੈਣੇ ਨੇ ਗੁੱਚੀ ਵਾਲੇ ਕਿਹੜੇ ਚਲ ਫਿਰ ਐਂ ਕਰ ਅਸੀਂ ਪੰਜਾਹ ਡਾਲਰ ਪਾ ਦਿੰਦੇ ਹਾਂ ਸਾਰੇ ਬਾਕੀ ਤੂੰ ਪਾ ਲਈ 400 ਬਣ ਜੂਗਾ $1000 ਤੇਰਾ ਸੋ ਗਾਇਸ ਜਸ਼ਨ ਦੀ ਡਿਮਾਂਡ ਆਈ ਹੈ ਕਹਿੰਦਾ ਮੇਰਾ ਬਰਥਡੇ ਆ ਰਿਹਾ ਤੇ ਕਹਿੰਦਾ ਮੈਨੂੰ ਡਿਮਾਂਡ ਨਹੀਂ ਡਿਮਾਂਡ ਹੀ ਸੀ ਨਾ ਤੇ ਕਹਿੰਦਾ ਮੇਰਾ ਡਿਮਾਂਡ ਹੀ ਸੀ ਹੋਰ ਕੀ ਸੀ ਕਹਿੰਦਾ ਮੇਰਾ ਬਰਥਡੇ ਆ ਰਿਹਾ ਮੈਨੂੰ ਗੁੱਚੀ ਦੇ ਸ਼ੂ ਗਿਫਟ ਕਰਨੇ ਆ ਸਾਰਿਆਂ ਨੇ ਇਕੱਠੇ ਹੋ ਕੇ ਧੱਕਾ ਨਾ ਕਰਦੀ ਕਹਿੰਦਾ ਕਿਤੇ ਤੂੰ ਇੰਡੀਆ ਭੱਜੇ ਕਹਿੰਦਾ ਮੇਰਾ ਬਰਥਡੇ ਲੈ ਰਹਿ ਜੇ ਕਹਿੰਦਾ ਗੁੱਚੀ ਵਾਲੇ ਬੂਟ ਲੈਣੇ ਤੁਹਾਡੇ ਤੋਂ ਇੰਡੀਆ ਜਾ ਲੈਣਾ ਸਾਡੀਆਂ ਫਲਾਈਟਾਂ ਨਾ ਭਰਾ ਜੀ ਕੈਂਸਲ ਕਰਾਓ ਆਈਸਕ੍ਰੀਮ ਵੀ ਸਿੰਪਲ ਨਹੀਂ ਖਾਂਦੇ ਉੱਤੇ ਹੁਣ ਸਮਾਨ ਪਾਉਣ ਇੱਕ ਕੋਣ ਹੋਰ ਲੈ ਆਓ ਚਿੱਠੀ ਵੀ ਆ ਜੋ ਕਿ ਬਹੁਤ ਜ਼ਿਆਦਾ ਪਿਆਰੀ ਆ ਇਹ ਸਾਰਾ ਮੈਂ ਪੜ੍ਹ ਲਿਆ ਆ ਓਬਵੀਅਸਲੀ ਸਾਡੇ ਲਈ ਸੀਗਾ ਤੇ ਬਹੁਤ ਹੀ ਪਿਆਰੀਆਂ ਚੀਜ਼ਾਂ ਚ ਲਿਖੀਆਂ ਹੋਈਆਂ ਨੇ ਸੋ ਅਸੀਂ ਉੱਪਰ ਸੀਗੇ ਮੈਂ ਤਿੰਦਰ ਤੇ ਵੀਰੇ ਉਹਨਾਂ ਨੇ ਮਤਲਬ ਉਹਨਾਂ ਨੂੰ ਆਈ ਥਿੰਕ ਕਹਿਤਾ ਕਿ ਉਹ ਮਿਲ ਨਹੀਂ ਰਹੇ ਹੈਗੇ ਸ਼ਾਇਦ ਇੰਡੀਆ ਜਾਣ ਕਰਕੇ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਰਿਸਕ ਮਤਲਬ ਕੋਈ ਰਿਸਕ ਨਹੀਂ ਲੈ ਰਹੇ ਹੈਗੇ ਬਿਕੋਜ਼ ਮੈਲਬਰਨ 'ਚ ਬਹੁਤ ਜ਼ਿਆਦਾ ਕੇਸਿਸ ਆ ਰਹੇ ਨੇ ਸਾਡੇ ਮਤਲਬ ਕਿ ਨੋਨ ਸਾਡੇ ਸਰਕਲ ਦੇ ਵਿੱਚ ਹੀ ਇੱਦਾਂ ਹੋ ਚੁੱਕਿਆ ਕਿ ਕੇਸਿਸ ਆ ਰਹੇ ਨੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਕੋਈ ਵੀ ਰਿਸਕ ਨਹੀਂ ਲੈ ਰਹੇ ਹੈਗੇ ਹੁਣ ਐਂਡ ਥੈਂਕ ਯੂ ਸੋ ਮੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਐਂਡ ਇੱਕ ਵਾਰੀ ਅਸੀਂ ਇੰਡੀਆ ਤੋਂ ਆ ਜਾਈਏ ਆਪਾਂ ਡੈਫੀਨੇਟਲੀ ਮਿਲਾਂਗੇ ਆਮ ਰੀਅਲੀ ਸੋਰੀ ਕਿ ਅੱਜ ਆਪਾਂ ਮਿਲ ਨਹੀਂ ਸਕੇ ਬਟ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਕਿ ਤੁਸੀਂ ਇੰਨੀ ਕੇਅਰ ਕਰਦੇ ਹੋ ਤੁਸੀਂ ਦੇਖਿਆ ਵਲੌਗ ਦੇ ਵਿੱਚ ਕਿ ਅਸੀਂ ਨਹੀਂ ਠੀਕ ਫੀਲ ਕਰ ਰਹੇ ਸੀਗੇ ਸੋ ਤੁਸੀਂ ਇੰਨੀ ਕੇਅਰ ਕਰਦੇ ਹੋ ਤੁਸੀਂ ਸਾਨੂੰ ਮਿਲਣ ਆਏ ਐਂਡ ਇੰਨਾ ਪਿਆਰਾ ਲੈਟਰ ਲਿਖਿਆ ਤੁਸੀਂ ਆਪਣੇ ਹੱਥ ਨਾਲ ਥੈਂਕ ਯੂ ਸੋ 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 ਮੱਚ ਮਤਲਬ ਕੁਛ ਅਸੀਂ ਕੁਛ ਕਹਿਣ ਜੋਗੇ ਨਹੀਂ ਹੈਗੇ ਇੰਨੇ ਪਿਆਰ ਦੇ ਅੱਗੇ ਕਿ ਇੰਨਾ ਜ਼ਿਆਦਾ ਪਿਆਰ ਕਰਦੇ ਤੁਸੀਂ ਸਾਰੇ ਜਣੇ ਥੈਂਕ ਯੂ ਸੋ ਮੱਚ ਦਿਲੋਂ ਆਈ ਲਵ ਯੂ ਰਵਨੀਤ ਥੈਂਕ ਯੂ ਪਲੀਜ਼ ਤੁਸੀਂ ਬੁਰਾ ਨਾ ਮੰਨਿਓ ਅਸੀਂ ਕੋਵਿਡ ਕਰਕੇ ਕੋਈ ਹੋਰ ਵੇ ਵੀ ਨਹੀਂ ਆ ਵੀ ਮੈਂ ਤੁਹਾਨੂੰ ਲਾਈਕ ਮੈਸੇਜ ਕਰ ਸਕਾਂ ਜਾਂ ਫਿਰ ਤੁਹਾਡੇ ਤੱਕ ਆਪਣੀ ਗੱਲ ਪਹੁੰਚਾ ਸਕਾਂ ਤਾਂ ਮੈਂ ਵੀਡੀਓ 'ਚ ਕਹਿ ਰਹੀ ਹਾਂ ਕਿ ਪਲੀਜ਼ ਬੁਰਾ ਨਾ ਮੰਨਿਓ ਕਿ ਅਸੀਂ ਬਹੁਤ ਜ਼ਿਆਦਾ ਅਵੋਇਡ ਕਰ ਰਹੇ ਹਾਂ ਮਤਲਬ ਕਿਸੇ ਨੂੰ ਵੀ ਮਿਲਣਾ ਬਾਹਰ ਜਾ ਕੇ ਵੀ ਐਂਡ ਬਾਹਰ ਜਾਣਾ ਵੀ ਅਵੋਇਡ ਕਰ ਰਹੇ ਹਾਂ ਸੋ ਰੀਅਲੀ ਸੌਰੀ ਆਈਸਕ੍ਰੀਮਾਂ ਵਗੈਰਾ ਭਰ ਕੇ ਲੈ ਗਏ ਸੀਗੇ ਇੱਧਰ ਭਾਈ ਹੁਣੀ ਕਾਰਟੂਨ ਨਾਲ ਇੰਜੋਏ ਕਰ ਰਹੇ ਨੇ ਨਾਲ ਭਾਜੀ ਹੁਣੀ ਹੋਰ ਸਿਖਾ ਰਹੇ ਨੇ ਹਾਂ ਪੁਸ਼ਪਾ ਨੂੰ ਪੁਸ਼ਪਾ ਮੂਵੀ ਬਾਰੇ ਪੁੱਛਦੇ ਹੋ ਪੁਸ਼ਪਾ ਨਵੀਂ ਪੁਸ਼ਪਾ ਬਾਗ ਪੁਸ਼ਪਾ ਬਾਗ ਹੁਣ ਤਾਂ ਸੈੱਟ ਆ ਤੇਰਾ ਬੰਦਾ ਔਖਾ ਹੋਈ ਜਾਂਦਾ ਆਈਸਕ੍ਰੀਮ ਨਾਲ ਤੜਕੇ ਕਰਾ ਦਾਂਗੇ ਨਹੀਂ ਨਹੀਂ ਕਹਿੰਦਾ ਮੈਂ ਤਾਂ ਇਨਫੋਰਮੇਸ਼ਨ ਦੇਣ ਆਇਆ ਸੀ ਮੇਰੀ ਜਾਨ ਤੋਂ ਪਹਿਲਾਂ ਪਹੁੰਚਣੇ ਚਾਹੀਦੇ ਨੇ ਇਹ ਤੇਰੀ ਜਾਨ ਤੋਂ ਪਹਿਲੀ ਜਾਣਗੇ ਇਹ ਇਹ ਮੁੰਡਾ ਕਹੀ ਜਾਂਦਾ ਵੀ ਤੁਸੀਂ ਨਹੀਂ ਜਾਂਦੇ ਮੈਂ ਕਿਹਾ ਇੱਕ ਵਾਰ ਵੀ ਤੁਸੀਂ ਜਾਂਦੇ ਨਹੀਂ ਤੁਸੀਂ ਕਰਦੇ ਨਹੀਂ ਓਏ ਉਹਦੀ ਬੈਟਰੀ ਮੁੱਕ ਜੂਗੀ ਸਰ ਜੀ
लिफाफे बिन कड लो यार की जाता बाबे खुली जांदा ए दो दिया बिन च हो जू चंगी तरह इन आई खोल के ना पहला कर लो ए फट के ना अगे थोड़ा जा मूह छोटा करता सी जोत नू बुलाओ होर कर लो खोल के मिलते सी ना ओदे उत्ते लग जांदा सी हवा खिंच लैंदा सी फिर एकदम निकलदी नहीं सी ओदा हिसाब किताब सी बड़ा बकवास काम दिन बैग चक लिया किन्ने कपड़े करांगे वैक्यूम काफी घट गया यार करना सी फुलन जा लग गया तू फुलन लग गया उस तो फर्क ता पिया उस्ताद बट फर्क मिकी माउस वाले बैग कोई फायदा नहीं बिन बैगा दी इना दा इना दा ज्यादा फायदा है ए ता मैं मानदा सी इसलिए इना ने ता बहुत समान आ ए बैग दा कोई फायदा ए पर आपा उधर यूज कर लांगे ना जिवें बैग च आपा शूज वगैरह रख के ले आवांगे बिन बैग च लेके जा सकदे सी नहीं आ थोड़ा वधिया लगदा कल्ला कल्ला पैर आपा पैक कर देंगे अलग अलग बाय इनू मैं सोन लगया ए ना करो ना कि सारा पा सारा गंद गुंद पाके मैं किन्नू नूं कहवां मैं तां चल लिया कहिंदी नहीं नहीं आ साफ करा के आओ सारा कुछ सो असीं हुणे पैकिंग करके हटे आ हणा ते पहला असीं सोचदे सी वी आ सारा पार्सल करा दईए ते बट हुण असीं सोच रहे आ वी असीं इक लगेज ऐड करा लैणे आ 20 किलो वाला ते ओह च साडा वी थोड़ा होर एक्सट्रा समान आ जूगा हणा आउण वेले देख लांगे जे पार्सल कराउणा होया आउण वेले हमेशा पार्सल हुंदा ही आपणा हां पिछली वार असीं ने 25 किलो पार्सल कराया सीगा आउण वेले 25 किलो पर उदों आपणा ब्याह होया सी इस बार भी हो गई ते बाकी सारा समान जेड़ा बल्कि गिफ्ट्स वगैरह वो तो हो गए सारे पैक ऑलमोस्ट थोड़े बहुत रह गए हुण असीं बस साडे वाला रह गया ते वो करांगे असीं बाद च एक दो दिन च वो भी करना शुरू कर दांगे।